ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਦੂਸਰਾ ਮਹਾਨ ਸਤਸੰਗ ਕਰਵਾਇਆ। ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਜਲੰਧਰ ਦੇ ਪਿੰਡ ਕੁਰਾਲੀ ਵਿਖੇ ਭਗਵਾਨ ਵਾਲਮੀਕਿ ਧਰਮਸ਼ਾਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਲਾਲਾ ਕੁਰਾਲੀ, ਵਾਈਸ ਪ੍ਰਧਾਨ ਸੁਖੀ ਕੁਰਾਲੀ, ਖਜ਼ਾਨਚੀ ਬਿਕਰ ਸਹੋਤਾ, ਸਲਾਹਕਾਰ ਆਸ਼ੀਸ਼ ਮੱਟੂ, ਸਕੱਤਰ ਬਲਕਾਰ ਸਹੋਤਾ, ਚੇਅਰਮੈਨ ਰਵੀ ਸਹੋਤਾ ਅਤੇ ਮੈਂਬਰ ਨਿਰਮਲ ਰੰਗਰੇਟਾ ਅਤੇ ਸਮੂਹ ਪਿੰਡ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਮਹਾਨ ਵਿਸ਼ਾਲ ਸਤਸੰਗ ਕਰਵਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਜੋਤ ਪ੍ਰਚੰਡ ਦੀ ਰਸਮ ਤੋਂ ਬਾਅਦ ਭਗਵਾਨ ਵਾਲਮੀਕਿ ਕੌਮ ਦੇ ਸ਼੍ਰੋਮਣੀ ਪੰਥਕ ਕੀਰਤਨੀਏ ਵੀਰ ਅਤੇ ਮਾਹੋਵਾਲ ਅਤੇ ਸਹੋਤਾ ਸਿਸਟਰ ਭੈਣ ਹਰਪ੍ਰੀਤ ਸਹੋਤਾ ਅਤੇ ਭੈਣ ਗੁਰਪ੍ਰੀਤ ਸਹੋਤਾ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ। ਕਾਲਾ ਸੰਖਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਵੇਖਣ ਚੱਲੇ ਆ ਵਾਲਮੀਕਿ ਤੀਰ, ਧਿਆਨ ਦੇਣਾ ਗੁਰੂ ਪਿਆ ਦੇ ਨੂੰ, ਉਹ ਕੋਈ ਵੇਖਣ ਦੀ ਚੀਜ਼ ਨਹੀਂ, ਉਹ ਤੇ ਸਤਿਕਾਰ ਕਰਨ ਵਾਲੀ ਚੀਜ਼ ਹੈ। ਮਹਾਰਾਜ ਜੀ ਦੇ ਦਰ ਘਰ ਦੇ ਵਿੱਚ ਮੱਥਾ ਟੇਕਣ, ਨਤਮਸਤਕ ਹੋਣ ਜਾਈਦਾ, ਵੇਖਣ ਨਹੀਂ ਜਾਈਦਾ। ਜਿਨ੍ਹਾਂ ਨੇ ਆਪਣੇ ਦੇਖ ਕਮਾਈਆਂ ਦੇ ਵਿੱਚੋਂ ਹਮੇਸ਼ਾ ਹੀ ਆਪਣਾ ਹਿੱਸਾ ਕੱਢ ਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਸਾਸਕ ਦੇ ਲੇਖੇ ਲਾਇਆ ਵਾ, ਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਅਜੇ ਵੀਰ ਜੀ ਮਾਹੋਵਾਲ ਜੋ ਕੀਰਤਨੀ ਜੱਥਾ ਇੰਟਰਨੈਸ਼ਨਲ ਭਾਜੀ ਵੀ ਲੈ ਆਓ, ਜਿਹੜੀ ਕਰਨੀ ਆਪਾਂ ਸਾਰੀ ਕੀ ਇੱਧਰ ਅਜੇ ਪਤਾ ਜੀ ਜੋ ਬੋਲੇ ਜੀ ਸੋ ਨਰਮੈ। ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਮੈਂ ਭੀਮਾ ਆਜ਼ਾਦ ਫੋਰਸ ਪ੍ਰੈਜ਼ੀਡੈਂਟ ਲਾਲਾ ਕੁਰਾਲੀ, ਭਗਵਾਨ ਵਾਲਮੀਕਿ ਧਰਮਸ਼ਾਲਾ ਵੈਲਫੇਅਰ ਸੁਸਾਇਟੀ ਬਲੀ ਕੁਰਾਲੀ ਤੋਂ, ਅਤੇ ਮੇਰੀ ਪੂਰੀ ਕਮੇਟੀ ਨੇ ਅੱਜ ਸਾਥ ਦਿੱਤਾ ਸੀ। ਅਸੀਂ ਥੋੜ੍ਹੇ ਦਿਨਾਂ ਤੋਂ ਬਹੁਤ ਸਾਰਾ ਖੁਸ਼ੀਆਂ ਦੇ ਚਾਵਾਂ ਦੇ ਨਾਲ ਪਿੰਡ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਜੋ ਪ੍ਰਗਟ ਦਿਵਸ ਹੈ ਉਹ ਮਨਾਉਣਾ ਚਾਹੁੰਦੇ ਸੀ, ਤਾਂ ਅੱਜ ਮਨਾਇਆ ਗਿਆ। ਸਾਰੇ ਹੀ ਨਗਰ ਦੇ ਨਾਲ ਪਿੰਡ ਕੁਰਾਲੀ ਦੀ ਜਿੰਨੀ ਵੀ ਸੰਗਤ ਆ ਸਾਰਿਆਂ ਨੇ ਆਪਣੇ ਨੇਕ ਕਮਾਈ ਦੇ ਸਹਿਯੋਗ ਦੇ ਨਾਲ ਅੱਜ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ 25 ਤਰੀਕ ਨੂੰ ਦਿਨ ਬੁੱਧਵਾਰ ਅੱਜ ਰਾਤ 7 ਤੋਂ ਲੈ ਕੇ 12 ਵਜੇ ਤੱਕ ਗੁਣਗਾਨ ਮਹਾਰਾਜ ਜੀ ਭਗਵਾਨ ਵਾਲਮੀਕਿ ਮਹਾਰਾਜ ਦਾ ਗੁਣਗਾਨ ਕੀਤਾ, ਕੀਰਤਨ ਦਰਬਾਰ ਹੋਏ, ਲੰਗਰ ਚੱਲੇ, ਗੁਰੂ ਕੇ ਮਹਾਨ ਮਹਾਨ ਸ਼ਖਸੀਅਤਾਂ ਨੇ ਆ ਕੇ ਹਾਜ਼ਰੀ ਭਰੀ। ਪਿੰਡ ਕੁਰਾਲੀ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਅਤੇ ਲੱਖ ਲੱਖ ਮੁਬਾਰਕਾਂ ਪੂਰੇ ਭਾਰਤ ਵਾਸੀਆਂ ਨੂੰ ਅਤੇ ਜਿਹੜੇ NRI ਭਾਰਤ ਵਾਸੀ ਭਾਰਤ ਤੋਂ ਬਾਹਰ ਰਹਿੰਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਜੋ ਪ੍ਰਗਟ ਦਿਵਸ ਹੈ, ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਹੀ ਸਮਾਜ ਵੱਲੋਂ ਬਹੁਤ ਖੁਸ਼ੀਆਂ ਨਾਲ ਮਨਾਇਆ ਜਾਵੇ ਅਤੇ ਜਿੰਨੇ ਵੀ ਸਾਡੇ ਵਾਲਮੀਕਿ ਸਮਾਜ ਭਾਈਚਾਰਾ ਆ ਉਹਨਾਂ ਸਾਰਿਆਂ ਅੱਗੇ ਬੇਨਤੀ ਆ ਕਿ ਜਿੰਨੇ ਵੀ ਮਹਾਰਾਜ ਦੇ ਪ੍ਰੋਗਰਾਮ ਆਉਂਦੇ ਆ ਉਹਨਾਂ ਨੂੰ ਵੱਧ ਚੜ੍ਹ ਕੇ ਅਤੇ ਖੁਸ਼ੀਆਂ ਚਾਵਾਂ ਨਾਲ ਅਤੇ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ 2 ਜਾਂ 3 ਜਾਂ 4 ਦਿਨਾਂ ਦਾ ਪ੍ਰੋਗਰਾਮ ਰੱਖ ਕੇ ਉਹਨੂੰ ਵਧੀਆ ਤਰੀਕੇ ਨਾਲ ਮਨਾਇਆ ਜਾਵੇ। ਅਸੀਂ ਆਪਣੇ ਪਰਿਵਾਰ ਵੱਲੋਂ, ਪੂਰੇ ਪ੍ਰਬੰਧਕ ਕਮੇਟੀ ਵੱਲੋਂ, ਮੈਂ ਲਾਲਾ ਕੁਰਾਲੀ, ਭੀਮ ਆਜ਼ਾਦ ਫੋਰਸ ਪ੍ਰੈਜ਼ੀਡੈਂਟ, ਸੁਖੀ ਵੀਰ, ਬਿੱਕਰ ਭਾਜੀ, ਨਿਰਮਲ ਭਾਜੀ, ਰਵੀ ਭਾਜੀ, ਆਸ਼ੀਸ਼ ਭਾਜੀ, ਗੋਰਾ ਭਾਜੀ, ਸਾਰੇ ਹੀ ਲੱਖ ਲੱਖ ਵਧਾਈਆਂ ਦਿੰਦੇ ਆਪਣੀ ਕਮੇਟੀ ਵੱਲੋਂ। ਜੋ ਬੋਲੇ ਸੋ ਨਰਮੈ। ਭਗਵਾਨ ਵਾਲਮੀਕਿ ਮਹਾਰਾਜ ਕੀ ਜੈ।